ਗੁੱਡ ਮਾਰਨਿੰਗ ਸਟੂਡੈਂਟਸ ਆਈ ਹੋਪ ਯੂ ਆਲ ਆਰ ਡੂਇੰਗ ਵੈਲ ਅੱਜ ਆਪਾਂ ਆਪਣਾ ਅਗਲਾ ਚੈਪਟਰ ਸਟਾਰਟ ਕਰਨਾ ਚੈਪਟਰ ਨੰਬਰ 7 ਇਸ ਤੋਂ ਪਹਿਲਾਂ ਆਪਾਂ ਆਪਣੇ ਆਨਲਾਈਨ ਸਟੱਡੀ ਦੇ ਅਕੋਰਡਿੰਗ 6th ਚੈਪਟਰ ਜਿਹੜੇ ਉਹ ਕੰਪਲੀਟ ਕਰ ਚੁੱਕੇ ਆਂ ਜਿਹੜੀ ਤੁਹਾਡੀ ਨਿਊ ਐਡੀਸ਼ਨ ਬੁੱਕ ਆ ਉਹਦੇ ਵਿੱਚ ਚੈਪਟਰ ਨੰਬਰ 16 ਆ ਠੀਕ ਹੈ ਪੇਜ ਨੰਬਰ 3 203 ਇਹ ਚੈਪਟਰ ਦਾ ਨਾਮ ਕੀ ਆ ਫੋਰਨ ਐਕਸਚੇਂਜ ਰੇਟ ਫੋਰਨ ਜਿੱਥੇ ਫੋਰਨ ਦੀ ਗੱਲ ਆ ਗਈ ਮਤਲਬ ਇਹਦੇ ਵਿੱਚ ਵਿਦੇਸ਼ਾਂ ਦੀ ਗੱਲ ਕੀਤੀ ਜਾਊਗੀ ਬਾਕੀ ਕੰਟਰੀਜ਼ ਦੀ ਗੱਲ ਕੀਤੀ ਜਾਊਗੀ ਐਕਸਚੇਂਜ ਮਤਲਬ ਕੁਝ ਵਟਾਉਣਾ ਕਿਸੇ ਚੀਜ਼ ਦਾ ਵਟਾਂਦਰਾ ਕਰਨਾ ਰੇਟ ਮਤਲਬ ਕਿਹੜੀ ਦਰ ਤੇ ਉਹ ਵਟਾਂਦਰਾ ਹੋ ਰਿਹਾ ਠੀਕ ਹੈ ਦੇਖੋ ਵਿਦੇਸ਼ੀ ਮੁਦਰਾ ਵਟਾਂਦਰਾ ਦਰ ਮਤਲਬ ਜੋ ਆਪਾਂ ਐਕਸਚੇਂਜ ਕਰਨਾ ਉਹ ਕੀ ਹੈ ਮੁਦਰਾ ਕਰੰਸੀ ਹੁਣ ਆਪਾਂ ਦੇਖਾਂਗੇ ਵੀ ਇਹਦੇ ਵਿੱਚ ਕੀ ਕੀ ਅੱਗੇ ਜਾ ਕੇ ਆਪਾਂ ਪੜ੍ਹਨਾ ਕਿ ਕਿਸ ਤਰ੍ਹਾਂ ਕੀ ਆਪਾਂ ਵਿਦੇਸ਼ੀ ਮੁਦਰਾ ਦਾ ਕੀ ਆ ਬਟਾਂਦਰਾ ਕਰਨਾ ਸਭ ਤੋਂ ਪਹਿਲਾਂ ਆਪਾਂ ਇਹਦੀ ਇੰਟਰੋਡਕਸ਼ਨ ਨੂੰ ਡਿਸਕਸ ਕਰਾਂਗੇ ਦੇਖੋ ਐਕਸਚੇਂਜ ਰੇਟਸ ਪਲੇ ਆ ਵੀਟਰ ਰੋਲ ਇਨ ਦਾ ਇੰਟਰਨੈਸ਼ਨਲ ट्रांजੈਕਸ਼ਨਸ ਆਫ ਐਨੀ ਕੰਟਰੀ ਠੀਕ ਹੈ ਜਿਹੜਾ ਐਕਸਚੇਂਜ ਰੇਟ ਆ ਆਪਣਾ ਬਹੁਤ ਹੀ ਵੀਟਲ ਮਤਲਬ ਅਹਿਮ ਰੋਲ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਕਿਹਦੇ ਵਿੱਚ ਜੋ ਵੀ ਆਪਾਂ ਇੰਟਰਨੈਸ਼ਨਲ ट्रांजੈਕਸ਼ਨਸ ਕਰਦੇ ਆਂ ਹਣ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਕਿ ट्रांजैक्शंस ਕੀ ਹੁੰਦੀਆਂ ट्रांजैक्शंस ਮਤਲਬ ਜੋ ਵੀ ਆਪਾਂ ਪੈਸੇ ਦਾ ਲੈਣ-ਦੇਣ ਕਰਦੇ ਹਾਂ ਉਹਨੂੰ ਕੀ ਕਿਹਾ ਜਾਂਦਾ ट्रांजैक्शंस ਕਿਹਾ ਜਾਂਦਾ ਠੀਕ ਹੈ ਹੁਣ ਕੀ ਹੈ ਇਹ ट्रांजैक्शंस ਕਿਹਦੇ ਨਾਲ ਕਰਨੀਆਂ ਇੰਟਰਨੈਸ਼ਨਲ ਮਤਲਬ ਅੰਤਰਰਾਸ਼ਟਰੀ ਬਾਕੀ ਦੇਸ਼ਾਂ ਦੇ ਨਾਲ ਜੋ ਵੀ ਲੈਣ-ਦੇਣ ਕੀਤਾ ਜਾਂਦਾ ਉਹਦੇ ਵਿੱਚ ਜਿਹੜਾ ਐਕਸਚੇਂਜ ਰੇਟ ਆ ਆਪਣੀ ਬਹੁਤ ਹੀ ਅਹਿਮ ਰੋਲ ਆ ਜਿਹੜਾ ਅਦਾ ਕਰਤਾ ਵਾ ਦੇਖੋ ਇਹਦੀ ਨੀਡ ਕਿਉਂ ਪਈ ਇਹਦੀ ਜ਼ਰੂਰਤ ਕਿਉਂ ਪਈ ਦੇਖੋ the need for foreign exchange arises when a country enters into trade with the some other country theek hai jado koi bhi desh baki deshan de naal trade karda vapar karda ta foreign exchange di lod pendi hai edi zarurat pendi hai ਵਪਾਰ ਕਰਨਾ ਮਤਲਬ ਕਿਸੇ ਚੀਜ਼ ਤੋਂ ਕਿਸੇ ਦੇਸ਼ ਦੇ ਨਾਲ ਆਪਾਂ ਕਿਸੇ ਕਿਸੇ ਵੀ ਚੀਜ਼ ਦਾ ਐਕਸਪੋਰਟ ਜਾਂ ਇੰਪੋਰਟ ਕਰਨਾ ਹੈ ਠੀਕ ਹੈ ਦੇਖੋ ਇਸ ਤੋਂ ਅੱਗੇ ਦਾ ਫੋਰਨ ਐਕਸਚੇਂਜ ਇਜ਼ ਨੀਡਡ ਬਿਕਮ ਬਿਕੋਜ਼ ਨੇਸ਼ਨਸ ਹੈਵ नेशन्स ਮਤਲਬ ਵੱਖ-ਵੱਖ ਰਾਸ਼ਟਰਾਂ ਦੇ ਵੱਖ-ਵੱਖ ਕੰਟਰੀਜ਼ ਹੈ हैव ਡਿਫਰੈਂਟ ਸਿਸਟਮ ਆਫ ਕਰੰਸੀਜ਼ ਦੇਖੋ ਇਹਦਾ ਮਤਲਬ ਦੇਖੋ ਆਪਣਾ ਕੀ ਹੈ ਦੇਸ਼ ਆਪਾਂ ਕਿਹੜੇ ਦੇਸ਼ ਵਿੱਚ ਰਹਿੰਦੇ ਆ ਕਿਹੜੀ ਕੰਟਰੀ ਦੇ ਵਿੱਚ ਰਹਿੰਦੇ ਆ ਇੰਡੀਆ ਦੇ ਵਿੱਚ ਇਹਦੇ ਵਿੱਚ ਕੀ ਚਲਦੇ ਆ ਰੁਪੀਜ਼ ਚਲਦੇ ਆ ਠੀਕ ਹੈ ਆਪਾਂ ਨੂੰ ਜਿਵੇਂ ਪਤਾ ਹੀ ਹੈ ਕਿ ਕੈਨੇਡਾ ਜਾਂ ਫਿਰ ਯੂ ਐਸ ਏ ਉਹਦੇ ਵਿੱਚ ਕੀ ਚਲਦੇ ਆ ਡਾਲਰਸ ਚਲਦੇ ਆ ਦੇਖੋ ਡਿਫਰੈਂਟ ਡਿਫਰੈਂਟ ਕੰਟਰੀਜ਼ ਆ ਤੇ ਉਹਦੇ ਵਿੱਚ ਜਿਹੜਾ ਸਿਸਟਮ ਆ ਕਰੰਸੀਜ਼ ਦਾ ਉਹ ਵੀ ਡਿਫਰੈਂਟ ਆ ਇਹਦੇ ਵਿੱਚ ਰੁਪੀਜ਼ ਚਲਦੇ ਆ ਤੇ ਇਹਨਾਂ ਵਿੱਚ डॉलर चलते हैं एंड द करंसी ऑफ वन कंट्री इज एक्सैप्टेबल ओनली विद इन इट्स बॉर्डरस आपू पता भी आ जरा इंडिया का मैप आठ ठीक है यदि आउंडरी लाइन आदा बॉडर आंदर ही की रूपीज चलन ये बार नहीं जिमें कैनेडा जो यूएसए वगैरह ठीक है एडर आ मान लो ठीक है ये अंडर ही की आ ज ਦਰ ਰੈਰ ਰਿਆਰੋ ਲੋਕ ਉਹ ਹੀ ਕੀਆ ਜਿਹੜਾ ਆਪਸ ਦੇ ਵਿੱਚ ਐਕਸਚੇਂਜ ਕਰਦੇ ਆ ਡਾਲਰਸ ਦਾ ਠੀਕ ਹੈ ਉਹ ਬਾਹਰ ਜਾ ਕੇ ਇਹਦੀ ਪੇਮੈਂਟਸ ਨਹੀਂ ਕਰ ਸਕਦੇ ਠੀਕ ਹੈ ਦੇਖੋ ਇਸ ਤੋਂ ਅਗੇ देयरफॉर ਐਨੀ ਪੇਮੈਂਟ ਵਿਚ ਹੈਜ਼ ਟੂ ਕ੍ਰੋਸ ਆ ਨੈਸ਼ਨਲ ਫਰੰਟੀਅਰ ਫਰੰਟੀਅਰ ਮਤਲਬ ਕਿਸੇ ਵੀ ਰਾਸ਼ਟਰ ਦੀ ਜਿਹੜੀ ਸੀਮਾ ਰੇਖਾ ਤੋਂ ਪਾਰ ਕੋਈ ਵੀ ਜਿਹੜੀ ਪੇਮੈਂਟ ਕੀਤੀ ਜਾਂਦੀ ਆ ਕੋਈ ਵੀ ਭੁਗਤਾਨ ਕੀਤਾ ਜਾਂਦਾ ਕਿਸੇ ਨੂੰ ਵੀ ਪਿਆਸੇ ਦਿੱਤੇ ਜਾਂਦੇ ਆ ਠੀਕ ਹੈ ਉਹਦੇ ਲਈ ਐਕਸਚੇਂਜ ਆਫ ਕਰੰਸੀ ਫॉर ਅਨਦਰ ਉਹਦੇ ਲਈ ਕੀ ਹੈ ਕਰੰਸੀ ਨੂੰ ਐਕਸਚੇਂਜ ਕਰਨਾ ਪੈਂਦਾ ਦੇਖੋ ਜੇਕਰ ਦੇਸ਼ ਦੀ ਸੀਮਾ ਤੋਂ ਬਾਹਰ ਅਦਾਇਗੀ ਕਰਨੀ ਹੋਵੇ ਦੇਖੋ ਹੁਣ ਆਪਾਂ ਇੰਡੀਆ ਦੇ ਵਿੱਚ ਰਹਿ ਰਹੇ ਹਾਂ ਠੀਕ ਹੈ ਆਪਾਂ ਕਿਸੇ ਤੋਂ ਕੀ ਆ ਯੂਐਸਏ ਤੋਂ ਕੋਈ ਚੀਜ਼ ਮੰਗਵਾਈ ਹੁਣ ਆਪਾਂ ਨੂੰ ਉਹਦੇ ਬਦਲੇ ਪੈਸੇ ਵੀ ਦੇਣੇ ਪੈਣਗੇ ਸੋ ਜੋ ਪੇਮੈਂਟ ਕਰਨ ਦੇ ਲਈ ਆਪਣੇ ਕੋਲ ਤਾਂ ਰੁਪੀਏ ਆ ਉਹਨਾਂ ਨੂੰ ਕੀ ਚਾਹੀਦੇ ਆ ਡਾਲਰਸ ਹੁਣ ਆਪਾਂ ਨੂੰ ਰੁਪੀਏ ਨੂੰ ਕਿਹਦੇ ਵਿੱਚ ਕਨਵਰਟ ਕਰਨਾ ਪਊਗਾ ਕਿਹਦੇ ਵਿੱਚ ਐਕਸਚੇਂਜ ਕਰਨਾ ਪਊਗਾ ਡਾਲਰਸ ਦੇ ਵਿੱਚ ਠੀਕ ਹੈ ਇਸੇ ਲਈ ਜੋ ਆਪਾਂ ਕੋਈ ਵੀ ਸੀਮਾ ਰੇਖਾ ਤੋਂ ਬਾਹਰ ਕੋਈ ਵੀ ਅਦਾਇਗੀ ਕਰਦੇ ਆ ਕੋਈ ਵੀ ਪੇਮੈਂਟ ਕਰਨੀ ਆ ਉਹਦੇ ਵਿੱਚ ਕੀ ਆ ਜਿਹੜੀ ਲੋਡ ਪੈਂਦੀ ਆ ਐਕਸਚੇਂਜ ਕਰਨ ਦੀ ਕਰੰਸੀਜ਼ ਨੂੰ ਦੇਖੋ ਆਪਾਂ ਜਦੋਂ ਪੇਮੈਂਟਸ ਕਦੋਂ ਕਰਦੇ ਆ ਜਦੋਂ ਆਪਾਂ ਕਿਸੇ ਦੇਸ਼ ਤੋਂ ਚੀਜ਼ਾਂ ਨੂੰ ਇمپੋਰਟ ਕਰਵਾਉਂਦੇ ਆ ਠੀਕ ਹੈ ਇمپੋਰਟ ਮਤਲਬ ਆਯਾਤ ਕਰਵਾਉਂਦੇ ਆ ਆਪਾਂ ਕਿਸੇ ਦੇਸ਼ ਤੋਂ ਚੀਜ਼ ਮੰਗਵਾਈ ਉਹਦੇ ਬਦਲੇ ਆਪਾਂ ਨੂੰ ਪੇਮੈਂਟਸ ਕਰਨੀਆਂ ਪੈਣਗੀਆਂ ਠੀਕ ਹੈ ਜਿਹੜੀ ਆਪਾਂ ਬਾਕੀ ਜਿਹੜੀਆਂ ਕੰਟਰੀਜ਼ ਨੂੰ ਪੇਮੈਂਟ ਕਰਦੇ ਆ ਉਹਦੇ ਲਈ ਕੀ ਆ ਆਪਾਂ ਨੂੰ ਆਪਣੀ ਕਰੰਸੀ ਨੂੰ ਐਕਸਚੇਂਜ ਕਰਵਾਉਣਾ ਪਊਗਾ ਇਸ ਤੋਂ ਅੱਗੇ ਇਹਦਾ मीनिंग ਆ ਜੋ ਬਹੁਤ ਹੀ ਜ਼ਿਆਦਾ ਕਲੀਅਰ ਹੋ ਜਾਏਗਾ ਦੇਖੋ मीनिंग ਆਫ ਰੇਟ ਆਫ ਐਕਸਚੇਂਜ ਠੀਕ ਹੈ ਦਾ ਰੇਟ ਐਟ ਵਿਚ ਦਾ ਕਰੰਸੀ ਆਫ ਵਨ ਕੰਟਰੀ ਇਜ਼ ਐਕਸਚੇਂਜਡ ਇਨ ਦਾ ਕਰੰਸੀ ਆਫ ਅਨਦਰ ਕੰਟਰੀ ਇਜ਼ ਕਾਲਡ ਦਾ ਰੇਟ ਆਫ ਐਕਸਚੇਂਜ ਐਂਡ ਐਕਸਚੇਂਜ ਰੇਟ ਦੇਖੋ ਜਿਹੜੀ ਵੀ ਰੇਟ ਤੇ ਜਿਹੜੀ ਵੀ ਦਰ ਤੇ ਇੱਕ ਕਰੰਸੀ ਦੀ ਇੱਕ ਦੇਸ਼ ਦੀ ਕਰੰਸੀ ਨੂੰ ਦੂਸਰੀ ਦੇਸ਼ ਦੀ ਕਰੰਸੀ ਦੇ ਵਿੱਚ ਐਕਸਚੇਂਜ ਕਰਵਾਇਆ ਜਾਂਦਾ ਵਟਾਇਆ ਜਾਂਦਾ ਉਹਨੂੰ ਕੀ ਕਿਹਾ ਜਾਂਦਾ ਰੇਟ ਆਫ ਐਕਸਚੇਂਜ ਜਾਂ ਫਿਰ ਐਕਸਚੇਂਜ ਰੇਟ ਕਿਆ ਜਾਂਦਾ ਦੇਖੋ ਪੰਜਾਬੀ ਵਿੱਚ ਇੱਕ ਦੇਸ਼ ਦੀ ਮੁਦਰਾ ਜੈਸਦਾਰ ਦੇ ਨਾਲ ਦੂਜੇ ਦੇਸ਼ ਦੀ ਮੁਦਰਾ ਨਾਲ ਵਟਾਈ ਜਾਂਦੀ ਹੈ ਠੀਕ ਹੈ ਇੱਕ ਦੇਸ਼ ਦੀ ਮੁਦਰਾ ਨੂੰ ਮਤਲਬ ਆਪਾਂ ਰੁਪੀਜ਼ ਨੂੰ ਕਦੇ ਵਿੱਚ ਕਨਵਰਟ ਕਰ ਲਿਆ ਡਾਲਰਸ ਦੇ ਵਿੱਚ ਸੋ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਇੱਕ ਦੇਸ਼ ਦੀ ਕਰੰਸੀ ਨੂੰ ਦੂਜੇ ਦੇਸ਼ ਦੀ ਕਰੰਸੀ ਦੇ ਵਿੱਚ ਕਨਵਰਟ ਕਰ ਲਿਆ ਸੋ ਉਹੀ ਦਰ ਨੂੰ ਕੀ ਕਹਿੰਦੇ ਆ ਆਪਾਂ ਕੀ ਕਹਿੰਨੇ ਆ ਵਟਾਂਦਰਾ ਦਰ ਜਾਂ ਵਟਾਂਦਰੀ ਦਰ ਕਹਿੰਨੇ ਆ ਇਨ ਅਦਰ ਵਰਡਸ ਦੂਜੇ ਸ਼ਬਦਾਂ ਦੇ ਵਿੱਚ ਕੀ ਕਿਹਾ ਜਾ ਸਕਦਾ ਐਕਸਚੇਂਜ ਰੇਟ ਇਜ਼ ਦਾ ਪ੍ਰਾਈਸ ਆਫ ਅ ਕੰਟਰੀਜ਼ ਕਰੰਸੀ ਇਨ ਦਾ ਟਰਮਸ ਆਫ ਅਨਦਰ ਕੰਟਰੀਜ਼ ਕਰੰਸੀ ਦੇਖੋ ਇੱਕ ਦੇਸ਼ ਦੀ ਕਰੰਸੀ ਦਾ ਪ੍ਰਾਈਸ ਦੂਜੇ ਕੇ ਦੇਸ਼ ਵਿੱਚ ਕੀ ਹੋਵੇਗਾ ਉਹੀ ਉਹੀ ਰੇਟ ਨੂੰ ਕੀ ਕਹਿੰਦੇ ਆ ਐਕਸਚੇਂਜ ਰੇਟ ਕਿਹਾ ਜਾਂਦਾ ਦੇਖੋ ਹੁਣ ਉਹਨਾਂ ਦਾ ਕੀ ਹੈ 1 ਡਾਲਰ ਆ ਉਹਦੇ ਬਦਲੇ ਆਪਾਂ ਨੂੰ ਪ੍ਰੈਜ਼ੈਂਟ ਕਿੰਨੇ ਦੇਣੇ ਪੈਂਦੇ ਆ ਪ੍ਰੈਜ਼ੈਂਟ ਟਾਈਮ ਦੇ ਵਿੱਚ 56 ਰੁਪੀਸ ਦੇਣੇ ਪੈਂਦੇ ਆ ਠੀਕ ਹੈ ਜਿਹੜੇ 56 ਰੁਪੀਸ ਆ ਇਹ ਪ੍ਰਾਈਸ ਆ ਕਿਹਦਾ ਇੱਕ ਕੰਟਰੀ ਦੀ ਕਰੰਸੀ ਦਾ ਦੂਜੇ ਦੇਸ਼ ਦੇ ਬਦਲੇ ਮਤਲਬ ਆਪਾਂ ਨੂੰ 1 ਡਾਲਰ ਲੈਣ ਲਈ ਕਿੰਨੇ 55 ਰੁਪੀਸ ਦੇਣੇ ਪੈਣਗੇ ਦੇਖੋ ਦੂਜੇ ਸ਼ਬਦਾਂ ਦੇ ਵਿੱਚ ਇਹ ਇੱਕ ਮੁਲਕ ਦੀ ਮੁਦਰਾ ਦਾ ਦੂਜੇ ਮੁਲਕ ਦੀ ਮੁਦਰਾ ਵਿੱਚ ਮੁੱਲ ਹੈ ਠੀਕ ਹੈ 1 ਡਾਲਰ ਦਾ ਕਿੰਨਾ ਮੁੱਲ ਹੈ ਆਪਣੀ ਕਰੰਸੀ ਦੇ ਵਿੱਚ 55 ਰੁਪੀਸ ਇਸ ਤੋਂ ਅੱਗੇ ਆਪਾਂ ਜਿਹੜੀ ਆ ਐਗਜ਼ਾਮਪਲ ਆ ਉਹਨੂੰ ਡਿਸਕਸ ਕਰਦੇ ਹਾਂ ਦੇਖੋ ਇਫ 1 ਯੂਐਸਏ ਡਾਲਰ ਯੂਐਸਏ ਵਿੱਚ ਕੀ ਚੱਲਦੀ ਹੈ ਡਾਲਰ ਚੱਲਦੀ ਹੈ ਠੀਕ ਹੈ ਐਕਸਚੇਂਜ ਫਾਰ 45 इंडियन the दे, रुपीस देन द रेट ऑफ एक्सचेंज इज इक्वल टू 1 डॉलर इज इक्वल टू 45 रुपीस ठीक है ਹੁਣ ਜਿਹੜਾ यूएस ਵਿੱਚ ਕੀ ਹੈ ਡਾਲਰਸ ਚੱਲਦੇ ਆ ਠੀਕ ਹੈ ਉਹਨਾਂ ਦੇ 1 ਡਾਲਰ ਦੇ ਬਦਲੇ ਆਪਾਂ ਨੂੰ ਕਿੰਨੇ ਰੁਪੀਸ ਦੇਣੇ ਪੈਣਗੇ 45 ਠੀਕ ਹੈ ਤੇ ਜਿਹੜਾ ਆਪਣਾ 1 ਰੁਪਿਆ ਉਹਦੇ ਬਦਲੇ ਉਹਨਾਂ ਨੂੰ ਕਿੰਨੇ ਡਾਲਰ ਦੇਣੇ ਪੈਣਗੇ 0.0 25 ਡਾਲਰਸ ਮਤਲਬ ਇਹ ਤਾਂ ਬਹੁਤ ਜ਼ਿਆਦਾ ਘਟਾ ਠੀਕ ਹੈ ਤੇ ਆਪਣੇ ਰੁਪੀਜ਼ ਬਹੁਤ ਜ਼ਿਆਦਾ ਦੇਣੇ ਪੈਂਦੇ ਆ ਬਹੁਤ ਜ਼ਿਆਦਾ ਦੇਣੇ ਪੈਂਦੇ ਆ ਸੋ ਆਪਾਂ ਕਹਿ ਸਕਦੇ ਆ ਵੀ ਉਹਨਾਂ ਦਾ ਰੁਪਿਆ ਉਹਨਾਂ ਦਾ ਜਿਹੜਾ ਡਾਲਰ ਆ ਆਪਣੇ ਰੁਪੀਏ ਦੇ ਕੀ ਆ ਬਹੁਤ ਜ਼ਿਆਦਾ ਸਟਰੋਂਗ ਆ ਉਹਦੇ ਬਦਲੇ ਕਿਉਂ ਸਟਰੋਂਗ ਆ ਉਹਨਾਂ ਦਾ ਤਾਂ 1 ਰੁਪਿਆ ਤੇ ਆਪਣੇ 45 ਰੁਪੀਜ਼ ਆ ਠੀਕ ਹੈ ਉਹਨਾਂ ਦਾ 1 ਡਾਲਰ ਆ ਤੇ ਆਪਣਾ ਕੀ ਆ 45 ਰੁਪੀਜ਼ ਆ ਮਤਲਬ ਉਹਨਾਂ ਦਾ ਜਿਹੜਾ ਡਾਲਰ ਆ ਉਹ ਜ਼ਿਆਦਾ ਕੀ ਆ ਸਟਰੋਂਗ ਆ ਠੀਕ ਹੈ ਐਸ ਤੋਂ ਅੱਗੇ ਦੇਖੋ ਐਸਾ ਭਾਵ ਇਹ ਹੈ ਕਿ ਅਮਰੀਕੀ ਡਾਲਰ ਜੋ ਵਸਤਾ ਅਮਰੀਕਾ ਦੇ ਵਿੱਚ ਖਰੀਦ ਸਕਦਾ ਠੀਕ ਹੈ ਜਿਹੜਾ ਅਮਰੀਕਾ ਦੇ ਵਿੱਚ 1 ਡਾਲਰ ਕੀ ਹੈ ਜਿਹੜੀਆਂ ਟੀ-ਸ਼ਰਟ ਐਕ ਮਤਲਬ ਉਹਨਾਂ ਦੇ 1 ਡਾਲਰ ਦੀ ਇੱਕ ਟੀ-ਸ਼ਰਟ ਆਈ ਤਾਂ ਉਹ ਭਾਰਤ ਦੇ 45 ਰੁਪਏ ਖਰੀਦ ਸਕਦੇ ਹਨ ਤੇ ਜੇ ਆਪਾਂ ਉਹੀ ਟੀ-ਸ਼ਰਟ ਭਾਰਤ ਦੇ ਵਿੱਚ ਖਰੀਦਾਂਗੇ ਉਹਦੇ ਲਈ ਆਪਾਂ ਨੂੰ 45 ਰੁਪਏ ਦੇਣੇ ਪੈਣਗੇ ਸੋ ਇਸ ਤੋਂ ਅੱਗੇ ਦੇਖੋ ਦੇਰਫੋਰ ਐਕਸਚੇਂਜ ਰੇਟ ਐਕਸਪ੍ਰੈਸ ਦਾ ਐਕਸਟਰਨਲ ਵੈਲਿਊ ਆਫ অর ਪਰਚੇਜ਼ਿੰਗ ਪਾਵਰ ਆਫ ਡੋਮੈਸਟਿਕ ਕਰੰਸੀ ਪਰਚੇਜ਼ਿੰਗ ਪਾਵਰ ਆਫ ਡੋਮੈਸਟਿਕ ਕਰੰਸੀ ਡੋਮੈਸਟਿਕ ਮਤਲਬ ਘਰੇਲੂ ਜਿਹੜੀ ਕਰੰਸੀ ਆ ਘਰੇਲੂ ਮੋਦਰਾ ਉਹਦੀ ਪਰਚੇਜ਼ਿੰਗ ਪਾਵਰ ਪਤਾ ਲੱਗਦੀ ਹੈ ਵੀ ਆਪਾਂ ਕਿੰਨੀ ਚੀਜ਼ਾਂ ਖਰੀਦ ਸਕਦੇ ਹਾਂ ਤੇ ਐਕਸਟਰਨਲ ਵੈਲਿਊ ਤੇ ਬਾਕੀ ਦੇਸ਼ਾਂ ਦੇ ਵਿੱਚ ਆਪਣੇ ਪੈਸੇ ਦੀ ਕੀ ਵੈਲਿਊ ਉਹ ਪਤਾ ਲੱਗਦੀ ਹੈ ਐਕਸਚੇਂਜ ਰੇਟ ਦੇ ਦੁਆਰਾ ਐਸੋ ਅੱਗੇ ਆਪਾਂ ਲਾਸਟ ਦੇ ਕੀ ਡਿਸਕਸ ਕਰਨਾ ਇਹਦੀ ਡੈਫੀਨੇਸ਼ਨ ਦੇਖੋ ਅਕੋਰਡਿੰਗ ਟੂ ਹੀਜ਼ ਦੇ ਅਕੋਰਡਿੰਗ ਇਹ ਐਕਸਚੇਂਜ ਰੇਟ ਇਜ਼ ਦਾ ਪ੍ਰਾਈਸ ਆਫ ਵਨ ਕਰੰਸੀ ਸਟੇਟਡ ਇਨ ਦਾ ਟਰਮਸ ਆਫ ਅਨਦਰ ਕਰੰਸੀ ਮਤਲਬ ਇੱਕ ਕਰੰਸੀ ਦਾ ਮੁੱਲ ਦੂਜੀ ਕਰੰਸੀ ਦੇ ਵਿੱਚ ਜਦੋਂ ਆਪਾਂ ਪ੍ਰਗਟ ਕਰਦੇ ਆ ਉਹਨੂੰ ਕੀ ਕਿਹਾ ਜਾਂਦਾ ਐਕਸਚੇਂਜ ਰੇਟ ਕਿਹਾ ਜਾਂਦਾ ਦੇਖੋ ਵਟਾਂਦਰਾ ਦਰ ਇੱਕ ਮੁਦਰਾ ਦਾ ਦੂਜੀ ਮੁਦਰਾ ਦੇ ਵਿੱਚ ਪ੍ਰਗਟਾਵਾ ਹੈ ਪ੍ਰਗਟਾਵਾ ਕਰਨਾ ਜਾਂ ਸਟੇਟਡ ਮਤਲਬ ਆਪਾਂ 1 ਡਾਲਰ ਦੇ ਬਦਲੇ ਕਿੰਨੇ ਰੁਪਏ ਦੇ ਰਹੇ ਆ 45 ਰੁਪਏ ਦੇ ਰਹੇ ਆ ਠੀਕ ਹੈ ਆਪਾਂ ਇੱਕ ਕਰੰਸੀ ਦਾ ਮੁੱਲ ਦੂਜੀ ਕਰੰਸੀ ਦੇ ਮੁੱਲ ਦੇ ਵਿੱਚ ਕੀ ਹੈ ਪ੍ਰਗਟਾਇਆ ਠੀਕ ਹੈ ਉਹਨਾਂ ਦਾ ਉਹਨਾਂ ਦੇ 1 ਡਾਲਰ ਦਾ ਮੁੱਲ ਕਿੰਨੇ ਦੇ ਬਰਾਬਰ ਹੈ 45 ਰੁਪਈਏ ਦੇ ਠੀਕ ਹੈ ਆਪਾਂ ਉਹਨਾਂ ਦੀ ਰਾਸ਼ੀ ਨੂੰ ਪ੍ਰਗਟਾ ਰਹੇ ਹਾਂ ਦੂਜੀ ਇੱਕ ਕਰੰਸੀ ਦੇ ਵਿੱਚ ਦਾ ਰੇਸ਼ੋ ਐਟ ਵਿਚ 1 ਕੰਟਰੀਜ਼ ਕਰੰਸੀ ਕੈਨ ਬੀ ਐਕਸਚੇਂਜ ਫਾਰ ਦਾ ਅਨਦਰ ਇਸ ਦਾ ਰੇਟ ਆਫ ਐਕਸਚੇਂਜ ਬਟਵੀਨ ਥੀਸ ਟੂ ਕੰਟਰੀਜ਼ ਠੀਕ ਹੈ ਜਿਹੜੀਆਂ ਵੀ ਦੋ ਕੰਟਰੀਆਂ ਦੇ ਵਿੱਚ ਕਾਰੇ ਐਕਸਚੇਂਜ ਹੋ ਰਿਹਾ ਠੀਕ ਹੈ ਉਹਨੂੰ ਕੀ ਕਿਹਾ ਜਾਂਦਾ ਐਕਸਚੇਂਜ ਰੇਟ ਕਿਹਾ ਜਾਂਦਾ ਇੱਕ ਕਰੰਸੀ ਨੂੰ ਦੂਜੀ ਕਰੰਸੀ ਦੇ ਵਿੱਚ ਬਦਲਣਾ ਠੀਕ ਹੈ ਸੋ ਆਪਣਾ ਇਹ ਵਾਲਾ ਲੈਕਚਰ ਇੱਥੇ ਫਿਨਿਸ਼ ਹੋ ਜਾਂਦਾ ਕੱਲ ਆਪਾਂ ਇਹਦੀਆਂ ਟਾਈਪਸ ਸਟਾਰਟ ਕਰਾਂਗੇ ਸੋ ਥੈਂਕ ਯੂ ਸਟੂਡੈਂਟਸ